ਬੰਦੇ ਫੜੇ ਜੀ ਇਹਨਾਂ ਦਾ ਕੀ ਮਸਲਾ? ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਦੋ ਭਰਾ ਨੇ ਅਤੁਲ ਅਰੋੜਾ ਅਤੇ ਅਜੇ ਅਰੋੜਾ, ਜਿਹੜੇ ਦੋਵੇਂ ਭਰਾ ਆ ਇਹ ਮੈਚਾਂ ਦੇ ਉੱਤੇ ਸੱਟੇਬਾਜ਼ੀ ਦਾ ਕੰਮ ਕਰਦੇ ਨੇ, ਜਿਹੜੇ ਫੁੱਟਬਾਲ ਦੇ ਮੈਚ, ਕ੍ਰਿਕਟ ਦੇ ਮੈਚ, ਬੈਡਮਿੰਟਨ ਦੇ ਮੈਚ ਇਹੋ ਜਿਹਿਆਂ ਦੇ ਉੱਤੇ ਜਿਹੜੀ ਇਹਨਾਂ ਦੀ ਔਨਲਾਈਨ ਐਪਸ ਨੇ ਉਹਦੇ ਉੱਤੇ ਸੱਟਾਂ ਲਾਉਂਦੇ ਨੇ ਅਤੇ ਇਹ ਰਹਿੰਦੇ ਬਾਹਰ ਨੇ ਬੇਸਿਕਲੀ, ਪਰ ਇਹ ਹੁਣ ਪਿਛਲੇ 4-5 ਦਿਨ ਤੋਂ ਇੱਥੇ ਜਿਹੜੇ ਆ ਆਏ ਹੋਏ ਨੇ ਅਤੇ ਇੱਥੇ ਇਹਨਾਂ ਦਾ ਕੰਮ ਜਿਹੜਾ ਚੱਲ ਰਿਹਾ। ਅਤੇ ਜੋ ਫੁੱਟਬਾਲ ਦੀ ਕੋਈ ਲੀਗ ਹੋ ਰਹੀ ਹੈ, ਇੱਕ ਟੈਸਟ ਮੈਚ ਹੈ ਕੁਛ, ਉਹਨਾਂ ਦੇ ਉੱਤੇ ਇਹਨਾਂ ਸੱਟੇਬਾਜ਼ੀ ਚੱਲਦੀ ਸੀ। ਅਤੇ ਜਿਹਨੂੰ ਅਸੀਂ ਇਨਫੋਰਮੇਸ਼ਨ ਨੂੰ ਕੈਪਚਰ ਕਰਦੇ ਹੋਏ ਅਸੀਂ ਇਹਦੇ ਉੱਤੇ ਜਿਹੜਾ ਕਾਰਵਾਈ ਕਰਦੇ ਹਾਂ, 202 ਨੰਬਰ FIR ਥਾਣਾ ਰਾਮਾ ਮੰਡੀ ਦੇ ਵਿੱਚ ਰਜਿਸਟਰ ਕੀਤੀ ਅੰਡਰ ਸੈਕਸ਼ਨ 420 ਅਤੇ 13 ਏ ਗੈਮਲਿੰਗ ਐਕਟ 'ਚ। ਅਤੇ ਇਹਦੇ ਵਿੱਚ ਸਾਨੂੰ ਜਿਹੜਾ ਆ ਇਹਨਾਂ ਦੇ ਕੋਲੋਂ 2 ਲੈਪਟਾਪ, ਇੱਕ HP ਅਤੇ ਇੱਕ ਡੈਲ, ਇੱਕ ਨੋਟ ਗਿਨਣ ਵਾਲੀ ਮਸ਼ੀਨ, ਪਲੱਸ 24,90,000 ਰੁਪਈਆ, ਪਲੱਸ ਇਹ 1-1 ਰੁਪਏ ਦੀਆਂ 200 ਕੁੱਲ ਨੋਟ ਜਿਹੜੇ ਆ, 2 ਦੱਤੀਆਂ ਜਿਹੜੀਆਂ ਸਾਨੂੰ ਇਹ ਇਹਨਾਂ ਦੇ ਕੋਲੋਂ ਮਿਲੀਆਂ ਨੇ, ਅਤੇ ਇਹਨਾਂ ਦੇ ਜਿਹੜੇ ਪਰਸਨਲ ਫੋਨ ਆ ਉਹ ਸਾਨੂੰ ਇਹਦੇ 'ਚੋਂ ਮਿਲੇ ਨੇ। ਅਤੇ ਇਹਨਾਂ ਬਾਰੇ ਸ਼ਹਿਰ 'ਚ ਹੋਰ ਵੀ ਚਰਚਾ ਚੱਲ ਰਹੀ ਹੈ ਕਾਫੀ, ਥੋੜ੍ਹਾ ਜਿਹਾ ਉਹਦੇ ਬਾਰੇ ਵਿਸਤਾਰ ਦੱਸੋ। ਦੇਖੋ ਇਨਵੈਸਟੀਗੇਸ਼ਨ ਜਾਰੀ ਹੈ, ਇਹਦੇ ਵਿੱਚ ਅਸੀਂ ਟੈਕਨੀਕਲੀ ਵੀ ਵੇਖ ਰਹੇ ਹਾਂ ਕਿ ਜਲੰਧਰ ਦੇ ਵਿੱਚ ਕਿੰਨਾ ਬੰਦਿਆਂ ਨਾਲ ਲਿੰਕ ਆ, ਕਿਹੜੇ ਕਿਹੜੇ ਬੰਦੇ ਇਹਦੇ ਵਿੱਚ ਇਨਵੋਲਵ ਨੇ ਉਹ ਅਸੀਂ ਫਾਈਂਡ ਆਊਟ ਕਰ ਰਹੇ ਹਾਂ, ਜੋ ਵੀ ਇਹਦੇ ਵਿੱਚ ਆਏਗਾ ਫਰਦਰ ਇਨਵੈਸਟੀਗੇਸ਼ਨ 'ਚ ਉਹ ਅਸੀਂ ਤੁਹਾਨੂੰ ਦੱਸਾਂਗੇ ਜ਼ਰੂਰ। ਬਾਕੀ ਜਿੱਥੇ ਜਿੱਥੇ ਇਹਨਾਂ ਦੇ ਚੱਲਦੇ ਹੋਣਗੇ ਬਾਹਰੋਂ ਵੀ, ਉਹ ਵੀ ਅਸੀਂ ਇਹਨਾਂ ਦੇ ਵਿੱਚ ਜਿਹੜਾ ਇਹਨਾਂ ਨੂੰ ਲੈ ਕੇ ਆਵਾਂਗੇ।